ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਸਵੰਤ ਸਿੰਘ ਨੇਕੀ ਜੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਾਂਗੇ। ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ਡਾਕਟਰ ਜਸਵੰਤ ਸਿੰਘ ਨੇਕੀ ਦਾ ਨਾਮ ਉੱਗੀ ਥਾਂ ਰੱਖਦਾ ਹੈ। ਉਹਨਾਂ ਦੇ ਕਾਵਿ ਬੋਲ ਵੱਖਰੇ ਹੀ ਪਛਾਣੇ ਜਾਂਦੇ ਹਨ। ਕਾਵ बोल देखो कवितावां उन्हां दियां जिहड़ियां उन्हां दी वक्री पछाण है। अध्ययन ते व्यवसाय वजों एक मनोचिकित्सक, दृष्टि वल्लों दार्शनिक, अनुभव वल्लों रहस्यवादी अते कलाकार दे तौर ते आप एक सोहजवादी कवि हन। सोहजवादी कावधारा दे कवि है। यह देखो 27 अगस्त 1925 ਦੇ ਵਿੱਚ ਜਨਮ ਹੋਇਆ ਇਹਨਾਂ ਦਾ ਪਿੰਡ ਮੁਰੀਦ ਜ਼ਿਲ੍ਹਾ ਜੇਹਲਮ ਦੇ ਵਿੱਚ। ਪਿਤਾ ਜੀ ਦਾ ਨਾਮ ਦੇਖੋ ਹਰੀ ਗੁਲਾਬ ਸਿੰਘ, ਸੀਤਵੰਤੀ ਇਹਨਾਂ ਦੀ ਮਾਤਾ ਜੀ ਦਾ ਨਾਂ ਸੀਗਾ। ਸਨਮਾਨ ਮਿਲੇ ਜਿਹੜੇ ਇਹਨਾਂ ਨੂੰ ਦੇਖੋ ਭਾਈ ਵੀਰ ਸਿੰਘ ਅਵਾਰਡ ਇਹਨਾਂ ਨੂੰ ਮਿਲਿਆ 1978 ਈਸਵੀ ਦੇ ਵਿੱਚ। ਸਾਹਿਤ ਅਕਾਦਮੀ ਅਵਾਰਡ ਮਿਲਿਆ ਇਹਨਾਂ ਨੂੰ ਕਰਨਾ ਦੀ ਸ਼ੋਅ ਤੋਂ ਮਗਰੋਂ ਤੇ 1979 ਦੇ ਵਿੱਚ। ਕਾਵਿ ਰਚਨਾ ਇਹ ਇਹਨਾਂ ਦੀ ਇੱਕ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਨਮਾਨ ਮਿਲਿਆ 1979 ਦੇ ਵਿੱਚ। ਪੰਜਾਬੀ ਸਾਹਿਤ ਸਮੀਖਿਆ ਬੋਰਡ ਅਵਾਰਡ ਮਿਲਿਆ 1982 ਚ। अशान मैमोरियल अवार्ड मिले 1984 ते भाषा विभाग पुरस्कार मिले 1981। करतार सिंह धालीवाल पुरस्कार मिले इन्हों 1987 दे विच ते स्वर्गवास होए ये देखो 11 सितंबर 2015 ईस्वी। रचनावां देखो जसवंत सिंह नेकी जी दियां अरदास 1999 दे विच प्रकाशित होई। असले ते ओले 1955 च। ए मेरे संसे ए मेरे गीत 1965 ईस्वी दे विच। गीत मेरा सोहिला तेरा 1992 ईस्वी। मेरी साहित्यिक स्वै जीवनी 1992 ईस्वी। पिलग्रिमेज टू हेमकुंट 2002 दे विच। सुगंध आपनूस दी 2004 च। सिमरती दी किरण तो पहला 1975 च। पंजाबी हास विलास, सदा विगास, बिरखे हेठ सब जंत, करुणा दी शोह तो मगरों ते प्रतिबिंबा दे सरोवर चों ये इन्हां दियां काव रचनावां। देखो डॉक्टर जसवंत सिंह नेकी दी कविता दे विशा पख, रूपक पख ते पंजाबी काव नूं देण संबंधी विचार है जिहड़े ओह इस तरह। सब तो पहलां देखो विशा पख की है इन्हां दा अध्यात्मवाद। उन्हां दी कविता दा यह एक अहम विषय अध्यात्मवाद है जिहड़ा ओह खास विशा उन्हां दा। आप दा रब प्रति अटुट विश्वास है। ਅਧਿਆਤਮਵਾਦੀ ਹੁੰਦੇ ਜਿਹੜੇ ਦੇਖੋ ਉਹਨਾਂ ਦਾ ਰੱਬ ਪ੍ਰਤੀ ਵਿਸ਼ਵਾਸ ਹੁੰਦਾ ਤਾਂ ਇਹਨਾਂ ਦਾ ਵੀ ਕੀ ਹੈ ਰੱਬ ਪ੍ਰਤੀ ਅਟੁੱਟ ਵਿਸ਼ਵਾਸ ਹੈ। ਇਸ ਸੰਦਰਭ ਵਿੱਚ ਉਹਨਾਂ ਦੀ ਸਮਾਨਤਾ ਪ੍ਰੀਤਮ ਸਿੰਘ ਸਫੀਰ ਜੀ ਦੇ ਨਾਲ ਕੀਤੀ ਜਾ ਸਕਦੀ ਹੈ। ਪੜ ਚੁੱਕੇ ਹਾਂ ਅਸੀਂ ਪਹਿਲਾਂ ਪ੍ਰੀਤਮ ਸਿੰਘ ਸਫੀਰ ਜੀ ਬਾਰੇ, ਠੀਕ ਹੈ। ਉਹਨਾਂ ਦੇ ਨਾਲ ਇਹਨਾਂ ਦੀ ਸਮਾਨਤਾ। ਆਤਮਾ ਬਾਰੇ ਵਿਚਾਰ ਦੇਖੋ ਇਹਨਾਂ ਦੇ ਪਰਮਾਤਮਾ ਦੇ ਨਾਲ ਉਹਨਾਂ ਨੇ ਆਤਮਾ ਬਾਰੇ ਵੀ ਵਿਚਾਰ ਦਿੱਤੇ ਹਨ। ਇਹ ਵਿਚਾਰ ਉਹਨਾਂ ਨੇ ਆਪਣੀ ਕਵਿਤਾ ਆਤਮਾ ਦੀ ਪਛਾਣ ਦੇ ਵਿੱਚ ਦਿੱਤੇ ਹੈ क्योंकि वो अध्यात्मवादी कवि सी, रब दे विच उन्हां नूं पूरा विश्वास सी, इस करके उन्हां नूं आत्मा की पछाण बारे उन्होंने लिखी कविता जिहदे विच कि उन्होंने अपने विचार है जिहड़े वो आत्मा के बारे प्रगट कीते आ। नवां दर्शन आप दी कविता विच मनुख की होंद, इस दा बनना ते मिटना, मनुख की समुचे ब्रह्मांड नाल सांझ अते अजोके मानव दीआं मानसिक गुंझलां आदि अनेकां दार्शनिक ते बौद्धिक विषय है जिहड़े ओह छोए गए है। ਵਿਗਿਆਨਿਕ ਸੋਚ ਭਾਵੇਂ ਆਪ ਅਧਿਆਤਮਕ ਵਿਚਾਰਾਂ ਦੇ ਧਾਰਨੀ ਹਨ ਪਰ ਆਪ ਦੀ ਸੋਚ ਹੈ ਜਿਹੜੀ ਉਹ ਵਿਗਿਆਨਿਕ ਹੈ। ਉਹ ਪੁਰਾਣੇ ਅਧਿਆਤਮਵਾਦੀ ਦ੍ਰਿਸ਼ਟੀ ਬਿੰਦੂ ਅਨੁਸਾਰ ਬ੍ਰਹਿਮੰਡ ਦੀ ਅਨੰਤਤਾ ਤੇ ਉਸ ਦੇ ਰਹੱਸ ਨੂੰ ਇੱਕ ਸੁਨਿਸ਼ਚਿਤਾ ਵਾਂਗ ਅੰਗੀਕਾਰ ਨਹੀਂ ਕਰਦੇ ਕਿਉਂਕਿ ਵਿਗਿਆਨਿਕ ਖੋਜਾਂ ਉਸ ਨੂੰ ਸਿਰਫ ਤਾਰਕਿਕ ਜਾਂ ਪਦਾਰਥਕ ਬਣਾਉਣ ਦੀ ਥਾਂ ਬ੍ਰਹਿਮੰਡ ਦੇ ਹੋਰ ਵਧੇਰੇ ਅਨੰਤ ਹੋਣ ਦਾ ਡੂੰਘਾ ਅਹਿਸਾਸ ਕਰਵਾਉਂਦੀਆਂ ਹਨ। ਕਾਵਿਸਤਾਨ देखो ਉਹਨਾਂ ਦੀ ਧਾਰਨਾ ਹੈ ਕਿ ਸਿਰਜਣਾਤਮਕ ਅਵਸਥਾ ਵਿੱਚ ਕਵੀ ਆਪਣੇ ਆਪ ਨੂੰ ਆਪਣੇ ਸਧਾਰਨ ਰੂਪ ਤੋਂ ਵਿਲੱਖਣ ਜਾਨੀ ਸਿੰਪਲ ਰੂਪ ਤੋਂ ਉਹ ਵਿਲੱਖਣ ਵੱਖਰਾ ਤੀਖਣ ਚੇਤਨਤਾ ਵਿੱਚ ਜਗਮਗਾਂਦੀ ਤੇ ਸਰੋਈ ਸੰਗੀਤਕਤਾ ਵਿੱਚ ਥਰਥਰਾਂਦੀ ਇੱਕ ਅਲੌਕਿਕ ਹੋਂਦ ਪ੍ਰਤੀਤ ਕਰਦਾ ਹੈ। ਇਹ ਉਹਨਾਂ ਦੀ ਆਪਣੀ ਧਾਰਨਾ ਹੈ, ਠੀਕ ਹੈ। ਅੱਗੇ ਦੇਖੋ ਰੂਪਕ ਪੱਖ ਤੋਂ ਦੇਣ ਹੈ ਜਿਹੜੀ ਉਹਨਾਂ ਦੀ ਸ਼ਬਦਾਵਲੀ। ਡਾਕਟਰ ਨੇਕੀ ਦੀ ਕਵਿਤਾ ਵਿੱਚ ਸ਼ਬਦਾਵਲੀ ਦੀ ਚੋਣ ਹੈ ਜਿਹੜੀ ਉਹ ਬਹੁਤ ਹੀ ਨੀਜ਼ ਨਾਲ ਕੀਤੀ ਵਿਖਾਈ ਦਿੰਦੀ ਹੈ। कवि द्वारा वरते गए कुछ शब्द जिमें अंबर उठना, प्रथम अन्न, ब्रह्मांड, काफले, नकाब, कंसोआ, ਊਸ਼ਾ ਆਦ ਜਿਹੜੀ ਇਦਾਂ ਦੀ ਸ਼ਬਦਾਵਲੀ ਹੈ ਜਿਹੜੀ ਉਹ ਉਹਨਾਂ ਨੇ ਵੱਖਰੀ ਵਰਤੀ ਹੈ। ਅੱਗੇ ਆ ਗਈ ਕਾਵਿ ਸ਼ੈਲੀ। ਉਹਨਾਂ ਦੀ ਕਾਵਿ ਸ਼ੈਲੀ ਵਿੱਚ ਬੌਧਿਕਤਾ, ਦਾਰਸ਼ਨਿਕਤਾ ਤੇ ਬਿੰਬ ਵਿਧਾਨ ਦਾ ਸੁੰਦਰ ਸੁਮੇਲ ਹੈ। ਸਰੋਦੀ ਗੁਣ ਦੇਖੋ, ਇੱਕ ਵਿਦਵਾਨ ਦੇ ਸ਼ਬਦਾਂ ਵਿੱਚ ਉਹਨਾਂ ਦੀ ਕਵਿਤਾ ਵਿੱਚ ਪਰੰਪਰਾਗਤ ਛੰਦ ਹਨ ਜਾਂ ਨਹੀਂ, पर संगीत सुर अते लय दी होंद उन्हां नूं सरोधी विशेषतावां दी धारनी बनाउंदी है। बिंब विधान देखो, उन्हां दी धारणा विच बौद्धिकता होण करके उन्हां दी कविता दा बिंब विधान वधेरे सरल, सपाट ते अकैरा नहीं है। इतिहासिक मिथिहासिक हवाले डॉक्टर नेकी दी कविता दा रूपक पक्ष तों होर गुण यह है कि उन्हां दी कविता विच मिथिहासिक हवाले काफ़ी मात्रा विच मिलदे हन। तो यह डॉक्टर जसवंत सिंह नेकी बारे पूरी जानकारी। वीडियो नूं ध्यान नाल देखो तो याद करो तो चैनल नूं सबसक्राइब करके बैल आइकन दबाओ ताकि हर वीडियो का नोटिफिकेशन तुहाडे कोल सब तो पहला पहुँच सके।